तां साडे जिहड़े जगत दे विच किसान मजदूर 600 दे लगभग शहीद हो गया, उन्हां दे नां ते मैं दो नारे लाऊंगा। ਸ਼ਹੀਦੋ ਤੁਹਾਡੀ ਸੋਚ ਤੇ ਦਿਆਂਗੇ ਠੋਕ ਕੇ, ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਨੂੰ ਲਾਲ ਸਲਾਮ, ਲਾਲ ਸਲਾਮ, ਭਰਾਵੋ। ਸੰਘਰਸ਼ ਜਿਹੜਾ ਆਪਣਾ ਤਿੱਖਾ ਕਰਨ ਵਾਲਾ ਚੱਲਦਾ ਰਹਿਣਾ, ਚੱਲੀ ਜਾਂਦਾ, ਪਰ ਇਹਦੇ ਵਿੱਚ ਕੀ ਆ, ਸਾਡੇ ਵਿੱਚ ਹੀ ਸਾਡੇ ਵੀਰ ਬੈਠੇ ਆ। ਜਿਸ ਤਰ੍ਹਾਂ ਕਹਿੰਦੇ ਦਰਖਤ ਤੇ ਮਨੁੱਖ ਦੀ ਆਪਸ ਵਿੱਚ ਲੜਾਈ ਹੋ ਜਾਂਦੀ ਆ, ਮਨੁੱਖ ਕਹਿੰਦਾ ਮੈਂ ਤਕੜਾ, ਦਰਖਤ ਕਹਿੰਦਾ ਮੈਂ ਤਕੜਾ। ਮਨੁੱਖ ਨੂੰ ਗੁੱਸਾ ਆਇਆ, ਉਹਨੇ ਕੁਹਾੜਾ ਚੱਕਿਆ ਤੇ ਦਰਖਤ ਨੂੰ ਮੂਧਾ ਕਰਤਾ ਤੇ ਦੁਬਾਰਾ ਉਹਨੂੰ ਪੁੱਛਦਾ, ਦੱਸ ਕੌਣ ਤਕੜਾ, ਮੈਂ ਆ ਕਿ ਤੂੰ? ਦਰਖਤ ਬੋਲਦਾ, ਨਹੀਂ ਮੈਂ ਤਕੜਾ, ਤੂੰ ਨਹੀਂ ਤਕੜਾ। ਉਹ ਕਹਿੰਦਾ ਕਿਉਂ? ਕਹਿੰਦਾ ਸਾਨੂੰ, ਮੈਨੂੰ ਕਹਿੰਦਾ ਆਪਦਿਆਂ ਨੇ ਮਾਰਿਆ, ਮੈਂ ਤੇਰੇ ਨਾਲੋਂ ਤਕੜਾ ਸੀ। ਜਿਹੜਾ ਤੇਰੇ ਕੁਹਾੜੇ ਦੇ ਵਿੱਚ ਦਸਤਾ ਉਹ ਲੱਕੜ ਦਾ, ਉਹ ਸਾਡਾ ਆਪਦਾ, ਉਹਨੇ ਮੈਨੂੰ ਮਾਰਿਆ, ਤੂੰ ਨਹੀਂ ਮਾਰ ਸਕਦਾ। ਇਸੇ ਤਰ੍ਹਾਂ ਹੀ ਭਰਾਵੋ, ਸਾਡੇ ਦਾ ਕਿਸਾਨ ਆ ਜਿਹੜੇ ਵਿਚਾਰੇ 600 ਦੇ ਮਜ਼ਦੂਰ ਕਿਸਾਨ ਜਿਹੜੇ 600 ਦੇ ਲਗਭਗ ਸ਼ਹੀਦੀਆਂ ਪਾ ਗਏ ਆ, ਤੇ ਇਹਨਾਂ ਨੂੰ ਰੈਲੀਆਂ ਦੀ ਅੱਗ ਲੱਗੀ ਆ, ਇਹਨੂੰ ਆਪਣੀਆਂ ਵੋਟਾਂ ਵਟਾਉਣ ਦੀ ਅੱਗ ਲੱਗੀ ਆ। ਇਹ ਕੌਣ ਲੋਕ ਆ? ਭਗਾਨੀ ਦੇ ਯੁੱਧ ਦੇ ਵਿੱਚ ਯੁੱਧ ਹੋਇਆ ਸ਼ਮਸ਼ਾਨ ਦਾ ਪੂਰਾ, ਤੇ ਬੜੇ ਹੀ ਜਿਹੜੇ ਸਿੰਘ ਸ਼ਹੀਦੀਆਂ ਪਾ ਗਏ। ਦਸਵੇਂ ਪਾਤਸ਼ਾਹ ਨੇ ਕਿਹਾ ਕਿ ਭਾਈ ਜਿਹੜੇ ਇਹਨਾਂ ਨੂੰ ਚੱਕ ਕੇ ਸੰਸਕਾਰ ਕਰ ਦਿਓ, ਇਹਨਾਂ ਦੀ ਕਿਰਿਆ ਸੰਭਾਲ ਦਿਓ। ਤੇ ਸਾਡੇ ਜਿਹੜੇ ਸਿੰਘ ਸੀ ਉਹ ਗਏ, ਉਹਨਾਂ ਨੇ ਸਾਰੇ ਇਕੱਠੇ ਕੀਤੇ, ਬਾਲਣ ਇਕੱਠਾ ਕੀਤਾ ਤੇ ਇੱਕ ਥਾਂ ਹੀ ਸੰਸਕਾਰ ਕਰਤਾ। ਜਦੋਂ ਸਾਰੀ ਇਹ ਕਿਰਿਆ ਸੰਭਾਲ ਕੇ ਦਸਵੇਂ ਪਾਤਸ਼ਾਹ ਦੇ ਕੋਲ ਆਏ ਤੇ ਮਹਾਰਾਜ ਜੀ ਉਹਨਾਂ ਨੂੰ ਪੁੱਛਦੇ ਆ ਕਿ ਕਰਿਆ ਇਹ ਤੁਸੀਂ ਉਹਨਾਂ ਦਾ ਸੰਸਕਾਰ? ਕਹਿੰਦੇ ਜੀ ਹਾਂਜੀ ਕਰਿਆ ਏ। ਕਹਿੰਦੇ ਕਿਸ ਤਰ੍ਹਾਂ ਕੀਤਾ? ਕਹਿੰਦੇ ਜੀ ਬਾਲਣ ਇਕੱਠਾ ਕੀਤਾ, ਲਾਸ਼ਾਂ ਉੱਪਰ ਰੱਖੀਆਂ, ਅੱਗ ਦੇ ਦਿੱਤੀ। ਕਹਿੰਦੇ ਬਹੁਤ ਗਲਤ ਕੰਮ ਕਰਿਆ ਆ। ਦਸਵੇਂ ਪਾਤਸ਼ਾਹ ਕਹਿੰਦੇ ਤੁਸੀਂ ਬੜਾ ਗਲਤ ਕੰਮ ਕੀਤਾ, ਇਹ ਤੁਹਾਡੇ ਘਰਾਂ 'ਚ ਜਨਮ ਲੈਣਗੇ, ਹੋਣਗੇ ਸਿੱਖ, ਤੁਹਾਡੇ ਵਰਗਾ ਪਹਿਰਿਆ ਹੋ ਪਹਿਰੇਵਾ ਹੋਊਗਾ ਇਹਨਾਂ ਦਾ, ਤੇ ਤੁਹਾਨੂੰ ਇਹ ਤੰਗ ਕਰਨਗੇ। ਤੇ ਆਹ ਵੇਖ ਲਓ ਭਰਾਵੋ, ਸਾਡਾ ਹੀ ਪਹਿਰੇਵਾ, ਸਾਡਾ ਹੀ ਸਾਰਾ ਕੁਛ, ਤੇ ਸਾਨੂੰ ਉਹ ਅੱਜ ਤੰਗ ਕਰ ਰਹੇ ਆ। ਅੱਜ ਲੋੜ ਆ ਸਾਨੂੰ ਇਕੱਠੇ ਹੋਣ ਦੀ। ਨਾਹਣ ਦਾ ਰਾਜਾ ਹਿਮਾਚਲ ਦੇ ਵਿੱਚ ਨਾਹਣ ਆ, ਉੱਥੋਂ ਦਾ ਰਾਜਾ ਦਸਵੇਂ ਪਾਤਸ਼ਾਹ ਦੇ ਕੋਲ ਗਿਆ, ਕਹਿੰਦਾ ਜੀ ਜਿਹੜੀਆਂ ਦੂਜੀਆਂ ਪਾਤਸ਼ਾਹੀਆਂ ਉਹ ਮੇਰੇ ਤੇ ਵਾਰ ਕਰ ਰਹੀਆਂ, ਮੇਰੀ ਜਾਇਦਾਦ ਖੋਹਣ ਨੂੰ ਇਕੱਠੇ ਹੋ ਰਹੇ ਆ ਸਾਰੇ, ਤੇ ਹਮਲਾ ਕਰਕੇ ਮੇਰੀ ਜਾਇਦਾਦ ਖੋ ਰਹੇ ਆ, ਤੇ ਆਪਾਂ ਤੁਸੀਂ ਮੇਰੇ ਉੱਥੇ ਮਹਿਲ ਤੇ ਆਓ, ਕੋਈ ਜੱਗ, ਕੋਈ ਜਗਰਾਤਾ, ਕੋਈ ਖੱਟ ਪਾਠ, ਕੋਈ ਅਰਦਾਸਾ ਕਰੀਏ ਆਪਾਂ ਉੱਥੇ। ਤੇ ਗੁਰੂ ਸਾਹਿਬ ਨੇ ਉੱਥੇ ਇੱਕ ਨਾਰਾ ਉਚਾਰਿਆ, ਕੋਈ ਕਿਸੇ ਕੋ ਰਾਜ ਨਾ ਦੇ ਜੇ ਲੈ ਨਿੱਜ ਬਲ ਸੇ। ਉਹ ਕਹਿੰਦੇ ਵੀ ਇੱਥੇ ਕੋਈ ਜਗਰਾਤਾ ਕੀਤਿਆਂ ਜਾਂ ਕੋਈ ਹਮਲ ਕੀਤਿਆਂ ਜਾਂ ਕਿਤੇ ਖੰਡ ਪਾਠ ਖੋਲਿਆ ਹੱਲ ਨਹੀਂ ਹੋਣਾ, ਇਹ ਤਲਵਾਰ ਚੱਕਣੀ ਪੈਣੀ ਆ, ਉਹਨਾਂ ਦਾ ਮੁਕਾਬਲਾ ਕਰਨਾ ਪੈਣਾ, ਸਾਹਮਣਾ ਕਰਨਾ ਪੈਣਾ। ਭਰਾਵੋ ਉਹੋ ਹੀ ਬੇਨਤੀ ਅੱਜ ਆਪਾਂ ਨੂੰ ਆ ਕਿ ਝੰਡੇ ਚੱਕੋ, ਝੰਡੇ ਦੇ ਵਿੱਚ ਡੰਡਾ ਪਾਓ, ਤੇ ਜਿਹੜੇ ਇਹ ਮੁਗਲ ਬੈਠੇ ਆ ਉੱਤੇ ਆਪਣੇ ਤੇ ਚੜ੍ਹ ਕੇ, ਇਹਨਾਂ ਦਾ ਆਪਾਂ ਸਾਹਮਣਾ ਕਰੀਏ, ਇਹਨਾਂ ਨੂੰ ਟੱਕਰ ਦੇਈਏ, ਤੇ ਜਿਹੜੇ ਕਾਲੇ ਕਾਨੂੰਨ ਆ, ਜਿਹੜੇ ਕਾਨੂੰਨ ਲੈ ਕੇ ਆਏ ਆ, ਆਪਾਂ ਵਾਪਸ ਕਰਾ ਕੇ ਪਿੱਛੇ ਮੁੜ ਗਏ। ਅੱਜ ਫੇਸਬੁੱਕ ਤੇ ਮੈਂ ਇੱਕ ਖਬਰ ਦੇਖ ਰਿਹਾ ਸੀ, ਬਠਿੰਡੇ ਏਰੀਏ ਦੀ ਆ, ਇੱਕ ਨੌਜਵਾਨ ਵਿਚਾਰਾ 20-25 ਸਾਲ ਦਾ ਧਾਵਾ ਮਾਰ ਕੇ ਰੋ ਰਿਹਾ ਸੀ, ਕਹਿੰਦਾ 3000 ਦਾ ਇੱਕ ਕਿੱਲੇ ਦੇ ਵਿੱਚ ਨਰਮੇ
ਪੀ ਪਾਇਆ ਦੇਖਣ ਨੂੰ ਨਰਮਾ ਬੜਾ ਸੋਹਣਾ ਖੜਾ ਟਿੰਡੇ ਲੱਗੇ ਆ ਬੜਾ ਵਧੀਆ ਕਹਿੰਦਾ ਜਦੋਂ ਟਿੰਡਾ ਭੰਦਿਆਂ ਦੇ ਵਿੱਚੋਂ ਕਹਿੰਦਾ ਉਹਦੇ ਸੁੰਡੀ ਦਿਖਦੀ ਆ ਜੇ ਉਹਨੂੰ ਖੋਲਦੇ ਆ ਵੜੇਵੇਂ ਵਿੱਚੋਂ ਕੱਢਦੇ ਆ ਤੇ ਵੜੇਵੇਂ ਦੇ ਵਿੱਚ ਆਟੋਮੈਟਿਕਲੀ ਸੁੰਡੀ ਜਿਹੜੀ ਪੈਦਾ ਹੋਈ ਜਾਂਦੀ ਆ ਉਹਨੂੰ ਨਾ ਕੋਈ ਸਪਰੇ ਨਾ ਕੋਈ ਦਵਾਈ ਮਾਰਦੀ ਆ ਤੇ ਅਖੀਰ ਨੂੰ ਵਿਚਾਰੇ ਨੇ ਉਹ ਪੱਟ ਕੇ ਹੁਣ ਕਹਿੰਦਾ ਕੋਈ ਫਸਲ ਵੀ ਨਹੀਂ ਅਸੀਂ ਇੱਥੇ ਬੀਜ ਸਕਦੇ ਕੋਈ ਰੁੱਤ ਨਹੀਂ ਹੈਗੀ ਕਹਿੰਦਾ ਬੜਿਆਂ ਦਾ ਬੜੇ ਔਖੇ ਧਾਹਾਂ ਮਾਰ ਕੇ ਵਿਚਾਰਾ ਰੋ ਰਿਹਾ ਸੀ ਤੇ ਕੋਈ ਵੀ ਮੰਤਰੀ ਕੋਈ ਪ੍ਰਸ਼ਾਸਨ ਵਾਲਾ ਕੋਈ ਕਿਸੇ ਨੇ ਉਹਨਾਂ ਦੀ ਕੋਈ ਬਾਹ ਨਹੀਂ ਫੜੀ ਤੇ ਉਹਨਾਂ ਨੇ ਹੁਣ ਕੋਈ ਪ੍ਰੋਗਰਾਮ ਰੱਖਿਆ ਵਿਚਾਰਿਆਂ ਨੇ ਵੀ ਆਪਾਂ ਇਹ ਜਿਹੜੇ ਇਕੱਠੇ ਹੋ ਕੇ ਇਹਦਾ ਕੋਈ ਮੁਆਵਜ਼ਾ ਜਾਂ ਕੋਈ ਜਿਹੜੀ ਕੰਪਨੀ ਤੋਂ ਬੀਜ ਆ ਦਵਾਈਆਂ ਵਾਲੀ ਕੰਪਨੀ ਤੇ ਕੋਈ ਜਿਹੜੀ ਕਾਰਵਾਈ ਕਰਾਵਾਂਗੇ ਤੇ ਉਹਨਾਂ ਦਾ ਰੱਖਿਆ ਪ੍ਰੋਗਰਾਮ ਉੱਤੇ ਭਰਾਵੋ ਇਕੱਠੇ ਹੋਣ ਦੀ ਲੋੜ ਆ ਝੰਡੇ ਚੁੱਕਣ ਦੀ ਲੋੜ ਆ ਡਾਂਗਾ ਪਾ ਕੇ ਝੰਡੇ ਪਾ ਕੇ ਇਕੱਠੇ ਹੋ ਜਾਓ ਤੇ ਜਿਹੜੇ ਕਾਨੂੰਨ ਆ ਕਿਹਦਾ ਤੁਹਾਡੇ ਅੱਗੇ ਲੱਗ ਕੇ ਭੱਜਦੇ ਦਿਸਣਗੇ ਇਹਨਾਂ ਨੂੰ ਰਾਹ ਨਹੀਂ ਸੌਣਾ ਕਿੱਧਰ ਨੂੰ ਜਾਣਾ ਇੰਨੀਆਂ ਕੁ ਗੱਲਾਂ ਦੇ ਨਾਲ ਸਾਰਿਆਂ ਨੂੰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।